Hi, good afternoon to all. This is Rahul from Veneer English. So today we will discuss about the topic substance abuse. Substance abuse ki hunda hai aaj aap ode bare gal karange. Excessive use of drugs such as alcohol, pain reliever medication or illegal drugs. Jadon log jehde ajj kal di generation hai ja jinna da nahi dhyan rakhya janda oh bahut zyada excess use de vich drugs lene shuru kar dinde ne. ਜਿਨ੍ਹਾਂ ਨੂੰ ਨਸ਼ਾ ਕਿਹਾ ਜਾਂਦਾ ਹੈ ਜਾਂ ਦਾਰੂ ਪੀਣਾ ਸ਼ੁਰੂ ਕਰ ਦਿੰਦੇ ਨੇ ਚਿੱਟਾ ਲਾਉਣਾ ਸ਼ੁਰੂ ਕਰ ਦਿੰਦੇ ਨੇ ਅਫੀਮ ਡੋਡਿਆਂ ਦੇ ਵਿੱਚ ਇਹ ਆਪਣੀ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਉਹ ਕਨਵਰਟ ਹੋਈ ਜਾ ਰਹੀ ਹੈ ਉਸਦੇ ਕੀ ਰੀਜ਼ਨ ਨੇ ਉਸਦੇ ਰੀਜ਼ਨ ਵੀ ਆਪਾਂ ਹੀ ਹਾਂ ਇਟ ਕੈਨ ਲੀਡ ਟੂ ਫਿਜ਼ੀਕਲੀ ਮੈਂਟਲੀ ਐਂਡ ਸੋਸ਼ਲ ਹਾਰਮ ਤੇ ਜੇ ਕੋਈ ਨਸ਼ਾ ਕਰ ਰਿਹਾ ਉਹ ਕਿੱਥੇ ਜਾ ਕੇ ਹਾਰਮ ਹੁੰਦਾ ਹੈ ਆਪਣਾ ਫਿਜ਼ੀਕਲੀ ਤੇ ਅਗਰ ਨਸ਼ਾ ਕੋਈ ਕਰਦਾ ਹੈ ਤਾਂ ਬੰਦਾ ਫਿਜ਼ੀਕਲੀ ਅਨਫਿਟ ਹੋ ਜਾਂਦਾ ਹੈ ਕੋਈ ਨਾ ਕੋਈ ਬਿਮਾਰੀ ਲੱਗ ਜਾਂਦੀ ਹੈ ਫਿਜ਼ੀਕਲੀ ਬੰਦਾ ਹਾਰਮ ਹੋ ਜਾਂਦਾ ਹੈ ਉਸ ਤੋਂ ਬਾਅਦ ਮੈਂਟਲੀ ਸੋ ਮੈਂਟਲੀ ਦਾ ਮਤਲਬ ਕਿ ਮੈਂਟਲੀ ਬੰਦਾ ਇਸ਼ੂ ਹੋ ਜਾਂਦਾ ਕਿ ਉਸਦੇ ਦਿਮਾਗ ਦੇ ਵਿੱਚ ਵੀ ਉਹ ਵਾਲੀ ਐਕਟਿਵਨੈਸ ਨਹੀਂ ਰਹਿੰਦੀ ਮੈਂਟੈਲਿਟੀ ਲੈਵਲ ਵੀ ਉਹਦਾ ਲੋ ਹੋ ਜਾਂਦਾ ਹੈ ਤਾਂ ਤੀਸਰਾ ਹੈ ਸੋਸ਼ਲ ਹਾਰਮ ਜੇ ਬੰਦਾ ਵੈਸੇ ਹੀ ਮੈਂਟੈਲਿਟੀ ਲੈਵਲ ਲੋ ਹੋ ਗਿਆ ਤਾਂ ਕਿਸੇ ਦੇ ਵਿੱਚ ਬੈਠਣ ਯੋਗ ਵੀ ਨਹੀਂ ਹੈ ਤੇ ਕਿਸੇ ਨਾਲ ਗੱਲਬਾਤ ਕਰਨ ਯੋਗ ਵੀ ਉਹ ਨਹੀਂ ਹੈ ਇਸ ਦੇ ਕੀ ਰੀਜ਼ਨ ਹੈ ਇਸ ਦੇ ਰੀਜ਼ਨ ਆਪਣੀ ਫੈਮਿਲੀ ਤੋਂ ਹੀ ਸ਼ੁਰੂ ਹੁੰਦੇ ਨੇ ਕੀ ਰੀਜ਼ਨ ਹੈ ਉਹ ਗੱਲ ਕਰੀ ਸਭ ਤੋਂ ਪਹਿਲਾਂ ਫੈਮਿਲੀ ਹਿਸਟਰੀ ਜਾਂ ਤਾਂ ਆਪਣੀ ਫੈਮਿਲੀ ਦੇ ਵਿੱਚ ਕੋਈ ਭਰਾ ਆਪਣਾ ਕੋਈ ਭੈਣ ਜਾਂ ਕੋਈ ਰਿਸ਼ਤੇਦਾਰ ਕੋਈ ਨਸ਼ਾ ਕਰ ਰਿਹਾ ਹੈ ਤਾਂ ਉਹ ਕਨਵਰਟ ਕਿਹਦੇ ਵਿੱਚ ਹੋਏਗਾ ਆਪਣੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਕਿਉਂਕਿ ਉਹ ਇੱਕ ਦੂਜੇ ਨੂੰ ਦੇਖਦੇ ਹੋਏ ਕਿ ਸਾਡਾ ਵੱਡਾ ਭਰਾ ਜਾਂ ਸਾਡੀ ਭੈਣ ਜਾਂ ਸਾਡੇ ਮਦਰ ਫਾਦਰ ਕੋਈ ਡਰਿੰਕਰ ਐਲਕੋਹਲ ਡਰਿੰਕਰ ਕਰ ਰਹੇ ਨੇ ਜਾਂ ਡਰੰਕਰ ਨੇ ਜਾਂ ਕੋਈ ਸਮੋਕ ਕਰ ਰਿਹਾ ਹੈ ਤਾਂ ਅਸੀਂ ਵੀ ਉਹ ਚੀਜ਼ ਕਰਾਂਗੇ ਤਾਂ ਕਰਕੇ ਆਪਣੀ ਫੈਮਿਲੀ ਹਿਸਟਰੀ ਵੀ ਮਾਇਨੇ ਰੱਖਦੀ ਹੈ ਇਸ ਚੀਜ਼ ਨੂੰ ਬਦਲਣ ਦੇ ਵਿੱਚ ਸੈਕਿੰਡ ਆ ਲੈਕ ਆਫ ਫੈਮਿਲੀ ਇਨਵੋਲਵਮੈਂਟ ਅੱਜ ਕੱਲ੍ਹ ਹਰ ਇੱਕ ਬੰਦਾ ਘਰ ਦੇ ਵਿੱਚ ਵਰਕਰ ਹੈ ਕਿਸੇ ਕੋਲ ਟਾਈਮ ਹੀ ਨਹੀਂ ਹੈ ਕਿ ਬੱਚੇ ਕੋਲ ਬੈਠਣ ਦਾ ਸੋ ਜੇ ਬੱਚਿਆਂ ਕੋਲ ਬੈਠਣਗੇ ਨਹੀਂ ਉਹਨਾਂ ਨਾਲ ਗੱਲਬਾਤ ਕਰਨਗੇ ਨਹੀਂ ਤਾਂ ਜਿਹੜੇ ਬੱਚੇ ਹੁੰਦੇ ਨੇ ਉਹ ਲਾਹਾ ਤੱਕ ਲੈਂਦੇ ਨੇ ਆਪਣੇ ਪੇਰੈਂਟਸ ਦਾ ਕਿ ਪੇਰੈਂਟਸ ਨੂੰ ਕਿਹੜਾ ਕੁਝ ਚੀਜ਼ ਪਤਾ ਹੈਗੀ ਤਾਂ ਬੱਚੇ ਡਰੱਗਸ ਲੈਣੀਆਂ ਸ਼ੁਰੂ ਕਰ ਦਿੰਦੇ ਨੇ ਤੀਸਰਾ ਹੈ ਮੈਂਟਲ ਹੈਲਥ ਡਿਸਆਰਡਰ ਕਈ ਵਾਰ ਬੰਦਾ ਇਹੋ ਜਿਹੀ ਬਿਮਾਰੀ ਨਾਲ ਜੂਝ ਰਿਹਾ ਹੁੰਦਾ ਹੈ ਬੰਦਾ ਡਿਪਰੈਸ਼ਨ 'ਚ ਚਲੇ ਜਾਂਦਾ ਸੋ ਉਹ ਡਿਪਰੈਸ਼ਨ ਦੀਆਂ ਰਲੀਵਰ ਪੇਨ ਰਲੀਵਰ ਖਾਣੀਆਂ ਸ਼ੁਰੂ ਕਰ ਦਿੰਦੀਆਂ ਨੇ ਨੀਂਦ ਦੀਆਂ ਗੋਲੀਆਂ ਖਾਣਾ ਸ਼ੁਰੂ ਕਰ ਦਿੰਦੇ ਨੇ ਉਹ ਥੋੜ੍ਹੀ ਜਿਹੀ ਬਿਮਾਰੀ ਨੂੰ ਹੋਰ ਵਧਾ ਦਿੰਦੇ ਨੇ ਚਾਹੇ ਨੀਂਦ ਦੀ ਗੋਲੀ ਹੀ ਖਾਣਾ ਉਹ ਵੀ ਆਪਣਾ ਇੱਕ ਸਬਸਟਾਂਸ ਅਬਿਊਜ਼ ਹੈ ਚੌਥਾ ਹੈ ਪੀਅਰ ਪ੍ਰੈਸ਼ਰ ਤੋਂ ਅੱਜ ਕੱਲ੍ਹ ਦੋਸਤੀ ਆਪਣੀ ਇਹੋ ਜਿਹੀ ਹੈ ਯਾਰੀ ਮਿੱਤਰੀ ਇਹੋ ਜਿਹੀ ਹੈ ਕਿ ਬੰਦਾ ਇੱਕ ਦੂਜੇ ਨੂੰ ਦੇਖਦਾ ਹੋਇਆ ਸ਼ੌਕੀਆ ਤੌਰ ਤੇ ਹੀ ਇੱਕ ਦੂਜੇ ਨੂੰ ਆਪਾਂ ਪਿੱਛੇ ਲਾ ਲੈਂਦੇ ਹਾਂ ਸੋ ਆਪਣਾ ਜਿਹੜਾ ਪੀਅਰ ਪ੍ਰੈਸ਼ਰ ਚਾਹੇ ਆਪਣਾ ਫਰੈਂਡ ਸਰਕਲ ਚਾਹੇ ਆਪਣੇ ਸਿਬਲਿੰਗਸ ਨੇ ਆਪਣੇ ਬ੍ਰਦਰ ਸਿਸਟਰ ਨੇ ਚਾਹੇ ਕੋਈ ਵੀ ਆਪਣਾ ਕੋਈ ਗੂੜਾ ਇਹੋ ਜਿਹਾ ਜਿਹਦੇ ਨਾਲ ਬੜਾ ਅੱਛਾ ਪਿਆਰ ਹੋਵੇ ਮੋੜ ਹੋਵੇ ਚਾਹੇ ਉਹੀ ਕਿਉਂ ਨਾ ਹੋਵੇ ਉਹ ਵੀ ਆਪਾਂ ਨੂੰ ਅੱਜ ਕੱਲ੍ਹ ਬਦਲਣ ਦੇ ਵਿੱਚ ਧੱਕਾ ਹੀ ਲਾਉਂਦਾ ਹੈ ਕਿ ਇਹ ਬੰਦਾ ਡਰੱਗ ਅਬਿਊਜ਼ ਦੇ ਵਿੱਚ ਚਲਾ ਜਾਵੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕੀ ਲੱਛਣ ਦਿਖਦੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਜੇ ਆਪਾਂ ਫਿਜ਼ੀਕਲੀ ਦੇ ਵਿੱਚ ਗੱਲ ਕਰੀਏ ਕਿ ਉਸਦੀ ਬੋਡੀ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ ਕੀ ਲੱਛਣ ਦਿਖਦੇ ਨੇ ਜਿਹੜਾ ਬੰਦਾ ਡਰੱਗ ਲੈ ਰਿਹਾ ਆਪਾਂ ਉਹਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਬਲੱਡ ਸ਼ੋਟ ਆਈਸ ਉਸਦੀਆਂ ਜਿਹੜੀਆਂ ਅੱਖਾਂ ਹੋਣਗੀਆਂ ਉਹ ਲਾਲ ਰੰਗ ਦੀਆਂ ਹੋਣਗੀਆਂ ਜਿਹੜਾ ਬੰਦਾ ਨਸ਼ਾ ਕਰਦਾ ਹੋਏਗਾ ਸੈਕਿੰਡ ਹੈ ਫਰਸਟ ਸਕਿਨ ਜਿਹੜੀ ਸਕਿਨ ਹੋਏਗੀ ਉਹ ਵੀ ਉਹਦੀ ਗਲੋ ਕਰੇਗੀ ਤੁਸੀਂ ਅਸਿਊਮ ਕਰਕੇ ਦੇਖਿਓ ਜਿਹੜਾ ਬੰਦਾ ਨਸ਼ਾ ਕਰ ਰਿਹਾ ਜਾਂ ਕੋਈ ਦਾਰੂ ਪੀਂਦਾ ਹੈ ਜਾਂ ਕੋਈ ਸਮੋਕਿੰਗ ਕਰ ਰਿਹਾ ਸਮੋਕਿੰਗ ਦਾ ਪਹਿਲਾ ਲੱਛਣ ਕੀ ਉਹਦੇ ਜਿਹੜੇ ਲਿਪਸ ਹੋਣਗੇ ਉਹ ਸਮੋਕ ਕਲਰ ਦੇ ਹੋ ਜਾਣਗੇ ਜੇ ਕੋਈ ਦਾਰੂ ਪੀ ਰਿਹਾ ਉਹਦੀ ਗੱਲਾਂ ਬਹੁਤ ਲਾਲ ਦਿਖਣਗੀਆਂ ਨਸ਼ੇ ਵਾਲੇ ਦੀਆਂ ਤਾਂ ਫਰਸਟ ਸਕਿਨ ਆਪਣੀ ਹੋਏਗੀ ਤੀਸਰਾ ਹੈ ਜਾਂ ਤਾਂ ਉਹ ਵੇਟ ਲੂਸ ਹੋ ਜਾਏਗਾ ਕਈਆਂ ਦੀ ਬੋਡੀ ਦੀ ਇਮਿਊਨਿਟੀ ਪਾਵਰ ਇਹੋ ਜਿਹੀ ਹੁੰਦੀ ਹੈ ਕਿ ਉਹਨਾਂ ਦਾ ਵੇਟ ਗੇਨ ਹੋ ਜਾਂਦਾ ਕਈ ਦਾਰੂ ਪੀ ਕੇ ਬਹੁਤ ਮੋਟੇ ਹੋ ਜਾਂਦੇ ਨੇ ਕਈ ਨਸ਼ੇ ਕਰਕੇ ਬਹੁਤ ਸੁੱਕ ਵੀ ਜਾਂਦੇ ਨੇ ਇੰਪੇਅਰਡ ਸਪੀਚ ਬੋਲਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਪਰ ਸਹੀ ਗੱਲਬਾਤ ਹੀ ਨਹੀਂ ਕਰਦੇ ਕਿਉਂਕਿ ਜਦੋਂ ਬੰਦਾ ਨਸ਼ੇ ਦੇ ਵਿੱਚ ਟੁੱਲ ਰਹੇਗਾ ਤਾਂ ਉਹਨੂੰ ਗੱਲ ਕਰਨ ਦੀ ਉਹਦੇ ਵਿੱਚ ਕਪੈਸਿਟੀ ਹੀ ਨਹੀਂ ਹੈ ਉਸ ਤੋਂ ਬਾਅਦ ਅਨਯੂਜ਼ੂਅਲ ਸਮੈਲ ਇਨ ਬ੍ਰੈਥ ਸੋ ਬੋਲਣ ਦੇ ਵਿੱਚ ਉਹਦੇ ਸਾਹ ਲੈਣ ਦੇ ਵਿੱਚ ਇੱਕ ਅੱਛੀ ਨਹੀਂ ਇੱਕ ਬੜੀ ਬਦਬੂਦਾਰ ਜਿਹੜੀ ਹੈ ਉਹ ਸਮੈਲ ਆਉਂਦੀ ਹੈ ਇਨ ਅਬਿਲਿਟੀ ਟੂ ਸਲੀਪ ਅੱਛੀ ਤਰੀਕੇ ਨਾਲ ਸੋਏਗਾ ਨਹੀਂ ਕਿਉਂਕਿ ਉਹਨੂੰ ਨਸ਼ੇ ਦੀ ਤੋੜ ਲੱਗੀ ਹੁੰਦੀ ਹੈ ਫਿਰ ਹੈ ਪੂਅਰ ਹਾਈਜੀਨ ਤਾਂ ਉਹਨੂੰ ਖਾਣ ਪੀਣ ਦੇ ਵੱਲ ਅੱਛੀ ਫੂਡ ਨਿਊਟ੍ਰੀਸ਼ਨ ਦੇ ਵੱਲ ਘੱਟ ਧਿਆਨ ਰਹਿੰਦਾ ਉਹਨੂੰ ਨਸ਼ੇ ਦਾ ਧਿਆਨ ਜ਼ਿਆਦਾ ਰਹਿੰਦਾ ਤਾਂ ਇਹ ਲੱਛਣ ਨੇ ਜਿਹੜੇ ਫਿਜ਼ੀਕਲੀ ਆਪਾਂ ਨੂੰ ਹਾਰਮ ਕਰਦੇ ਨੇ ਸੈਕਿੰਡ ਹੈ ਬਿਹੇਵੀਅਰ ਹੁਣ ਉਹਦੇ ਬਿਹੇਵੀਅਰ ਦੇ ਵਿੱਚ ਕਿਵੇਂ ਕੀ ਚੇਂਜਿੰਗ ਆਣਗੀ ਆਪਾਂ ਉਹਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਇਨ ਅਬਿਲਿਟੀ ਟੂ ਫੋਕਸ ਕਿਸੇ ਇੱਕ ਏਮ ਦੇ ਉੱਪਰ ਉਹਦਾ ਫੋਕਸ ਹੀ ਨਹੀਂ ਰਹਿੰਦਾ ਗੱਲ ਇੱਕ ਕਰਦਾ ਨਾਲ ਦੂਜੇ ਪਾਸੇ ਚਲੇ ਜਾਂਦਾ ਇਹ ਵੀ ਚੀਜ਼ ਮੈਂ ਕਰ ਸਕਦਾ ਹਾਂ ਤਾਂ ਉਹਦਾ ਕੋਈ ਫੋਕਸ ਨਹੀਂ ਹੈ ਕਿਸੇ ਵੀ ਚੀਜ਼ ਨੂੰ ਲੈ ਕੇ ਸੈਕਿੰਡ ਹੈ ਮੂਡ ਸਵਿੰਗਸ ਕਦੇ ਖੁਸ਼ ਕਦੇ ਉਦਾਸ ਕਦੇ ਚਿੜਚਿੜਾਪਨ ਤੇ ਕਦੇ ਲੜਾਈ ਦੇ ਵਿੱਚ ਜੋ ਜਿਹੜੇ ਸਵਿੰਗਸ ਨੇ ਮੂਡ ਦੇ ਉਹ ਚੇਂਜ ਹੁੰਦੇ ਜਾਂਦੇ ਨੇ ਹਾਈਪਰ ਐਕਟੀਵਿਟੀ ਜ਼ਿਆਦਾ ਬੰਦਾ ਬੜਾ ਫੁਰਤੀਲਾ ਹੋ ਜਾਏਗਾ ਜਾਂ ਲਥਾਰਜੀ ਹੋ ਜਾਏਗੀ ਬੰਦੇ ਦੇ ਵਿੱਚ એનર્ਜੀ ਜਮਾ ਹੀ ਖਤਮ ਹੋ ਜਾਵੇ ਉਸ ਤੋਂ ਬਾਅਦ ਹੈ ਡਿਪਰੈਸ਼ਨ ਕਈ ਵਾਰ ਬੰਦਾ ਡਰੱਗਸ ਲੈਂਦਾ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਜਾਂਦਾ ਹੈ
unexplained guilt. ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਗਲਤੀ ਕੀਤੀ ਕੀ ਹੈ, ਉਹ ਅਨਐਕਸਪਲੇਨ ਹੋ ਜਾਂਦਾ, ਉਹਨੂੰ ਐਕਸਪਲੇਨ ਕਰਨਾ ਹੀ ਨਹੀਂ ਆਉਂਦਾ ਕਿ ਮੈਂ ਸਹੀ ਦੇ ਵਿੱਚ ਗਲਤੀ ਕੀਤੀ ਹੈ ਕਿ ਨਹੀਂ ਕੀਤੀ ਹੈ। ਉਸ ਤੋਂ ਬਾਅਦ ਹੈ ਪ੍ਰੋਬਲਮਸ ਇਨ ਸਕੂਲ। ਹੁਣ ਸਕੂਲ ਏਜ ਦੇ ਵਿੱਚ ਚਾਹੇ ਕੋਈ ਬੱਚਾ ਹੈ, ਉਹਨੂੰ ਸਕੂਲ ਦੇ ਵਿੱਚ ਕੋਈ ਪ੍ਰੋਬਲਮ ਹੋ ਸਕਦੀ ਹੈ, ਬੱਚਿਆਂ ਨੂੰ ਨਹੀਂ ਪ੍ਰੋਪਰ ਕੋਪਰੇਟ ਕਰ ਸਕਦਾ, ਟੀਚਰਾਂ ਨਾਲ ਵੀ ਲੜ ਸਕਦਾ ਹੈ ਅਗਰ ਕੋਈ ਬੱਚਾ ਨਸ਼ੇ ਦਾ ਸ਼ਿਕਾਰ ਹੋ ਰਿਹਾ ਹੈ, ਸੈਲਫ ਹਾਰਟ ਜਾਂ ਉਹ ਬੰਦਾ ਆਪਣੇ ਆਪ ਨੂੰ ਵੀ ਹਾਰਮ ਕਰ ਸਕਦਾ ਹੈ। ਇਹ ਸੀਗੇ ਸਾਰੇ ਲੱਛਣ, ਫਿਜ਼ੀਕਲੀ ਸਾਈਨ ਤੇ ਬਿਹੇਵੀਅਰ ਸਾਈਨ ਜਿਹੜਾ ਬੰਦਾ ਸਬਸਟਾਂਸ ਅਬਿਊਜ਼ ਕਰ ਰਿਹਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਇਹਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ, ਕਿਵੇਂ ਮੈਨੇਜਮੈਂਟ ਕਰ ਸਕਦੇ ਹਾਂ, ਕਿਵੇਂ ਇਸਦਾ ਟ੍ਰੀਟਮੈਂਟ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਨੋ ਦੇਅਰ ਫਰੈਂਡਸ। ਆਪਾਂ ਸਿਰਫ ਇੱਥੇ ਗੱਲ ਕਰਾਂਗੇ ਆਪਣੀ ਫੈਮਿਲੀ ਦੀ, ਕਿ ਅਗਰ ਫੈਮਿਲੀ ਸ਼ੁਰੂ ਤੋਂ ਹੀ ਬੱਚਿਆਂ ਦਾ ਧਿਆਨ ਰੱਖਣ ਤਾਂ ਵੱਡੇ ਹੋ ਕੇ ਬੱਚੇ ਨਸ਼ਿਆਂ ਦਾ ਸ਼ਿਕਾਰ ਨਾ ਹੋ। ਸਭ ਤੋਂ ਪਹਿਲਾਂ ਨੋ ਦੇਅਰ ਫਰੈਂਡਸ, ਕਿ ਮਾਂ ਪਿਓ ਨੂੰ ਦੇਖਣਾ ਚਾਹੀਦਾ ਹੈ ਕਿ ਸਾਡਾ ਬੱਚਾ ਸਵੇਰੇ ਕਿੱਥੇ ਜਾਂਦਾ ਹੈ, ਕਿੰਨੀ ਉਹਦੀ ਦੋਸਤੀ ਹੈ, ਕਿਹੜੇ ਦੋਸਤਾਂ ਨਾਲ ਜਾਂਦਾ ਹੈ, ਕਿਹੜੇ ਦੋਸਤਾਂ ਨਾਲ ਜ਼ਿਆਦਾ ਟਾਈਮ ਸਪੈਂਡ ਕਰਦਾ ਹੈ, ਉਹਨਾਂ ਬਾਰੇ ਇਨਕੁਆਇਰੀ ਕਰਨੀ ਚਾਹੀਦੀ ਹੈ ਕਿ ਉਹ ਬੱਚੇ ਜਿਹੜੇ ਸਾਡੇ ਬੱਚੇ ਦੇ ਦੋਸਤ ਨੇ ਉਹ ਸਹੀ ਨੇ ਕਿ ਗਲਤ ਨੇ। ਉਹਨਾਂ ਦੇ ਕਰਕੇ ਵੀ ਅੱਜ ਕੱਲ੍ਹ ਇੱਕ ਦੂਜੇ ਨਾਲ ਦੋਸਤੀ ਦੇ ਕਰਕੇ ਵੀ ਬੱਚਾ ਜਿਹੜਾ ਸਬਸਟਾਂਸ ਅਬਿਊਜ਼ ਕਰ ਰਿਹਾ ਹੈ। ਸੈਕਿੰਡ, ਮਾਡਲ ਗੁੱਡ ਬਿਹੇਵੀਅਰ। ਸੋ ਆਪਣੇ ਜਿਹੜੇ ਪੇਰੈਂਟਸ ਹੀ ਨੇ ਜਿਹੜੇ ਇੱਕ ਰੋਲ ਮਾਡਲ ਦਾ ਆਪਣਾ ਇੱਕ ਮਾਡਲ ਅਦਾ ਕਰਦੇ ਨੇ ਬੱਚਿਆਂ ਦੇ ਸਾਹਮਣੇ, ਉਹ ਇੱਕ ਗੁੱਡ ਬਿਹੇਵੀਅਰ ਲੈ ਕੇ ਆਉਣ, ਬੱਚਿਆਂ ਨੂੰ ਡੀਪਲੀ ਜਾਣਨ ਦੀ ਕੋਸ਼ਿਸ਼ ਕਰਨ ਕਿ ਅੱਛਾ ਬਿਹੇਵ ਅਗਰ ਸ਼ੋਅ ਕਰਨਗੇ ਤਾਂ ਬੱਚੇ ਵੀ ਬਾਹਰ ਨਹੀਂ ਜਾ ਸਕਦੇ, ਅਗਰ ਉਹਨਾਂ ਨੂੰ ਬੜਾ ਆਪਣਾ ਮਾਂ ਪਿਓ ਦਾ ਬੜਾ ਅੱਛਾ ਪਿਆਰ ਮਿਲੇਗਾ। ਕ੍ਰੀਏਟ ਅ ਪੋਜ਼ਿਟਿਵ ਇਨਵਾਇਰਮੈਂਟ, ਘਰ ਦੇ ਵਿੱਚ ਇਹੋ ਜਿਹਾ ਇਨਵਾਇਰਮੈਂਟ ਰੱਖੋ, ਮਾਂ ਪਿਓ ਓਪਨ ਮਾਈਂਡਡ ਹੋਣੇ ਚਾਹੀਦੇ ਨੇ, ਬੱਚੇ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੀਦਾ, ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਕਿ ਬੱਚੇ ਤੈਨੂੰ ਕੋਈ ਪ੍ਰੋਬਲਮ ਤੇ ਨਹੀਂ, ਕੋਈ ਸਕੂਲ ਦੇ ਵਿੱਚ, ਕੋਈ ਕੰਮ ਦੇ ਵਿੱਚ, ਕੋਈ ਕਿਸੇ ਚੀਜ਼ ਦਾ ਸਟ੍ਰੈਸ ਤੇ ਨਹੀਂ ਹੈਗਾ, ਕਿਸੇ ਚੀਜ਼ ਦਾ ਡਿਪਰੈਸ਼ਨ ਤੇ ਨਹੀਂ ਹੈਗਾ। ਅਗਰ ਲੱਗਦਾ ਤਾਂ ਉਸਦਾ ਉਹ ਚੀਜ਼ ਦਾ ਜਿਹੜਾ ਕਿੱਤਾ ਹੈ, ਜਿਹੜਾ ਕੰਮ ਹੈ, ਉਹਨੂੰ ਚੇਂਜ ਕਰ ਦੇਣਾ ਚਾਹੀਦਾ ਹੈ ਤਾਂ ਜੋ ਕਿ ਬੱਚੇ ਜਿਹੜੇ ਨਸ਼ੇ ਦਾ ਸ਼ਿਕਾਰ ਨਾ ਹੋ ਜਾਣ। ਜਿੱਥੇ ਬੱਚਾ ਸਕੂਲ ਪੜ੍ਹ ਰਿਹਾ ਹੈ ਉੱਥੇ ਵੀ ਇਨਕੁਆਇਰੀ ਕਰਨੀ ਚਾਹੀਦੀ ਹੈ, ਟੀਚਰਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਇੱਥੇ ਸਾਡਾ ਕੋਈ ਬੱਚਾ ਕੋਈ ਇੱਕ ਵੀ ਅਗਰ ਨਸ਼ੇ ਕਰ ਰਿਹਾ, ਕਹਿੰਦੇ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਬਦਲਦਾ ਹੈ, ਅਗਰ ਇੱਕ ਬੱਚਾ ਵੀ ਨਸ਼ਾ ਕਰਦਾ ਉਹ ਆਪਣੇ ਨਾਲ ਦੇ ਸੰਗੀ ਸਾਥੀਆਂ ਨੂੰ ਵੀ ਉਸ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਉਸ ਤੋਂ ਬਾਅਦ ਇਹ ਟਾਕ ਟੂ ਟੀਮ, ਕਿ ਜਿਹੜੀ ਫੈਮਿਲੀ ਹੈ ਉਹਨੂੰ ਬੱਚਿਆਂ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਪ੍ਰੋਬਲਮ ਆ ਕਿੱਥੇ ਰਹੀ ਹੈ, ਉਹਨਾਂ ਦਾ ਸ਼ੁਰੂ ਤੋਂ ਹੀ ਧਿਆਨ ਰੱਖਣਾ ਚਾਹੀਦਾ ਹੈ, ਉਹਨਾਂ ਨੂੰ ਇਹੋ ਜਿਹੇ ਇਨਵਾਇਰਮੈਂਟ ਫੈਮਿਲੀ ਦੇ ਵਿੱਚ ਦੇਣਾ ਚਾਹੀਦਾ ਹੈ ਕਿ ਬੱਚੇ ਆਪਣੇ ਦੋਸਤੀ ਯਾਰੀ ਦੋਸਤੀ ਨੂੰ ਭੁੱਲ ਹੀ ਜਾਣ, ਸਿਰਫ ਉਹਨਾਂ ਦਾ ਮਾਂ ਪਿਓ ਵੱਲ ਹੀ ਅਟਰੈਕਸ਼ਨ ਹੋਵੇ, ਆਪਣੇ ਭੈਣ ਭਰਾਵਾਂ ਵੱਲ ਅਟਰੈਕਸ਼ਨ ਹੋਵੇ, ਅੱਛੇ ਤਰੀਕੇ ਨਾਲ ਉਹਨਾਂ ਨੂੰ ਇਨਵਾਇਰਮੈਂਟ ਜਿਹੜਾ ਕ੍ਰੀਏਟ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਵਾਟ ਅਬਾਊਟ ਪੀਅਰ ਪ੍ਰੈਸ਼ਰ। ਹੁਣ ਇੱਥੇ ਗੱਲ ਆ ਗਈ ਫਿਰ ਰਿਸ਼ਤੇਦਾਰਾਂ ਦੀ ਜਾਂ ਦੋਸਤੀ ਦੀ, ਕਿਉਂਕਿ ਅੱਜ ਕੱਲ੍ਹ ਰਿਸ਼ਤੇਦਾਰ ਵੀ ਇਹੋ ਜਿਹੇ ਨੇ ਤੇ ਅੱਜ ਕੱਲ੍ਹ ਯਾਰੀ ਦੋਸਤੀ ਵੀ ਇਹੋ ਜਿਹੀ ਹੈ, ਕੋਈ ਕਿਸੇ ਨੂੰ ਦੇਖ ਕੇ ਨਹੀਂ ਖੁਸ਼, ਤੇ ਹਰ ਇੱਕ ਬੰਦਾ ਇਹੀ ਸੋਚਦਾ ਕਿ ਇਹਨੂੰ ਨਸ਼ਿਆਂ ਦੇ ਵਿੱਚ ਲਾਇਆ ਜਾਵੇ। ਕਿਵੇਂ ਲਾਇਆ ਜਾਵੇ, ਉਹਨਾਂ ਦੇ ਵਿੱਚ ਬੜੀਆਂ ਮਾਈਂਡ ਦੇ ਵਿੱਚ ਐਗਜ਼ਾਮਪਲ ਚੱਲਦੀਆਂ ਹੁੰਦੀਆਂ ਨੇ। ਸੋ ਜਿਹੜਾ ਆਪਣਾ ਪੀਅਰ ਦਾ ਪ੍ਰੈਸ਼ਰ ਹੈ ਉਹ ਵੀ ਦੇਖਣਾ ਚਾਹੀਦਾ, ਮਦਰ ਫਾਦਰ ਨੂੰ ਦੇਖਣਾ ਚਾਹੀਦਾ, ਪੇਰੈਂਟਸ ਨੂੰ, ਫੈਮਿਲੀ ਆਪਣੀ ਸਾਰੀ ਨੂੰ ਦੇਖਣਾ ਚਾਹੀਦਾ ਕਿ ਕੋਈ ਇਹੋ ਜਿਹਾ ਬੰਦਾ ਉਹਨੂੰ ਧੱਕਾ ਤਾਂ ਨਹੀਂ ਦੇ ਰਿਹਾ ਇੱਕ ਨਸ਼ੇ ਦੇ ਵਿੱਚ। ਉਹਨਾਂ ਨੂੰ ਵਾਰਨ ਕਰਨਾ ਚਾਹੀਦਾ, ਉਹਨਾਂ ਨੂੰ ਦੱਸਣਾ ਚਾਹੀਦਾ ਕਿ ਬੇਟਾ ਤੇਰੇ ਲਈ ਇਹ ਅਗਰ ਨਸ਼ਾ, ਅਗਰ ਆਪਣੇ, ਵੈਸੇ ਵੀ ਆਪਾਂ ਨੂੰ ਬੱਚਿਆਂ ਨੂੰ ਐਗਜ਼ਾਮਪਲ ਜ਼ਰੂਰ ਦੇਣੀਆਂ ਚਾਹੀਦੀਆਂ ਨੇ ਕਿ ਜੋ ਆਪਣੇ ਜ਼ਿੰਦਗੀ ਦੇ ਵਿੱਚ ਚੱਲ ਰਿਹਾ, ਜੋ ਆਪਾਂ ਕਿਸੇ ਵੱਲ ਦੇਖਦੇ ਹਾਂ ਕਿ ਅੱਜ ਕਈ ਬੱਚੇ ਬੰਦੇ ਕੀ ਹੁੰਦੇ ਨੇ, ਨਸ਼ਾ ਕਰਕੇ ਰੋਡ ਐਕਸੀਡੈਂਟ ਦੇ ਵਿੱਚ ਮਾਰੇ ਜਾਂਦੇ ਨੇ। ਸੋ ਆਪਣੀ ਫੈਮਿਲੀ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ ਕਿ ਬੱਚੇ ਅਗਰ ਆਪਾਂ ਇਹ ਨਸ਼ਾ ਕਰਦੇ ਹਾਂ ਉਹਦਾ ਸਾਈਡ ਇਫੈਕਟ ਇਹ ਹੈ, ਹਰ ਇੱਕ ਚੀਜ਼ ਦੇ ਬਾਰੇ ਉਹਨਾਂ ਨੂੰ ਉਹਨਾਂ ਦੀ ਐਡਵਾਂਟੇਜਿਸ, ਉਹਨਾਂ ਦੀ ਡਿਸਐਡਵਾਂਟੇਜਿਸ ਜਿਹੜੀਆਂ ਦੱਸਣੀਆਂ ਚਾਹੀਦੀਆਂ ਹਨ। ਤੋ ਲਾਸਟ ਹੈ ਮੋਨੀਟਰ ਦੇਅਰ ਐਕਟੀਵਿਟੀਜ਼। ਸੋ ਉਹਨਾਂ ਦੀ ਐਕਟੀਵਿਟੀਜ਼ ਦੇਖਣੀਆਂ, ਮੋਨੀਟਰ ਕਰਨੀਆਂ ਚਾਹੀਦੀਆਂ ਫੈਮਿਲੀ ਨੂੰ ਕਿ ਸਵੇਰੇ ਕਿੰਨੇ ਵਜੇ ਉੱਠਦਾ ਤੇ ਰਾਤ ਨੂੰ ਕਿੰਨੇ ਵਜੇ ਸੌਂਦਾ। ਅੱਜ ਅਸੀਂ ਬੱਚੇ ਨੂੰ ਕਹਿ ਦਿੰਦੇ ਹਾਂ ਕਿ ਬੇਟਾ ਤੂੰ 9 ਵਜੇ ਸੌ ਜਾ ਕਿ ਉਹਦੇ ਹੱਥ 'ਚ ਫੋਨ ਦਿੱਤਾ ਹੁੰਦਾ ਹੈ ਆਪਾਂ, ਤੇ 11 ਵਜੇ ਤੱਕ ਬੱਚਾ ਫੋਨ ਬੰਦ ਨਹੀਂ ਕਰਦਾ। ਸੋ ਮੋਨੀਟਰ ਕਰੋ ਕਿ ਸਾਰੇ ਦਿਨ ਦੇ ਵਿੱਚ ਉਹਦੀ ਐਕਟੀਵਿਟੀਜ਼ ਕੀ ਨੇ, ਸਵੇਰੇ ਕਿੰਨੇ ਵਜੇ ਸਕੂਲ ਜਾਂਦਾ, ਸਕੂਲੋਂ ਕਿੰਨੇ ਵਜੇ ਛੁੱਟੀ ਹੁੰਦੀ ਹੈ ਤੇ ਘਰੇ ਕਿੰਨੇ ਵਜੇ ਪਹੁੰਚਦਾ। ਜੇ ਉਹਨਾਂ ਦੇ ਗੈਪ ਦੇ ਵਿਚਕਾਰ ਕਿਸੇ ਨੂੰ ਮਿਲਦਾ ਤੇ ਉਹਦਾ ਦੋਸਤ ਕਿਹੋ ਜਿਹਾ ਹੈ ਕਿ ਉਹ ਨਸ਼ੇ ਦੇ ਵਿੱਚ ਤਾਂ ਨਹੀਂ ਲੱਗਿਆ ਹੋਇਆ। ਸੋ ਅਗਰ ਹੁਣ ਸਕੂਲ ਤੋਂ ਬਾਅਦ ਆ ਕੇ ਘਰੇ ਰੈਸਟ ਕਰਕੇ ਬੱਚਾ ਟਿਊਸ਼ਨ ਜਾਂਦਾ ਤਾਂ ਉਹਦੀ ਟਾਈਮਿੰਗ ਕੀ ਹੈ, ਟਿਊਸ਼ਨ ਤੋਂ ਆਣ ਕੇ ਉਹ ਕਿੰਨੇ ਵਜੇ ਘਰੇ, ਉਹਦਾ ਛੁੱਟੀ ਕਿੰਨੇ ਵਜੇ ਹੁੰਦੀ ਹੈ, ਉਹਦੇ ਸਾਰੇ ਗੈਪ ਨੂੰ ਜਿਹੜੀ ਇਨਕੁਆਇਰੀ ਕਰਨੀ ਚਾਹੀਦੀ ਹੈ ਤਾਂ ਜੋ ਕਿ ਸਾਡਾ ਜਿਹੜਾ ਬੱਚਾ, ਚਾਹੇ ਕੋਈ ਵੱਡਾ ਹੈ ਚਾਹੇ ਕੋਈ ਬੱਚਾ ਹੈ, ਉਹ ਨਸ਼ੇ ਦਾ ਸ਼ਿਕਾਰ ਨਾ ਹੋਵੇ। ਸੋ ਇਹ ਆਪਣਾ ਅੱਜ ਦਾ ਜਿਹੜਾ ਟੋਪਿਕ ਹੈ ਅਵੇਅਰਨੈਸ ਦੇ ਉੱਪਰ ਆ, ਆਪਣੀ ਫੈਮਿਲੀ ਲਈ, ਆਪਾਂ ਲੋਕ ਲਈ, ਯਾਰੀ ਦੋਸਤੀ ਲਈ, ਚਾਹੇ ਕੋਈ ਵੀ ਇਨਸਾਨ ਹੈ, ਸਾਰਿਆਂ ਦੇ ਲਈ ਹੈ ਕਿ ਆਪਾਂ ਨੂੰ ਨਸ਼ੇ ਵੱਲ ਨਹੀਂ ਜਾਣਾ ਚਾਹੀਦਾ। ਨਸ਼ਾ ਇੱਕ ਬੜਾ ਭਿਆਨਕ ਰੋਗ ਹੈ। ਸੋ ਥੈਂਕ ਯੂ ਸੋ ਮਚ।